ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਖੁਸ਼ਾਮਦੀਦ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ। ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਜਦੋਂ ਇਤਿਹਾਸ ਦੇ ਵਰਕੇ ਫਰੋਲਦਾ ਹੈ ਤਾਂ ਅੱਧੀ ਸਦੀ ਪਹਿਲਾਂ ਬਾਬੇ ਦੇ 500 ਸਾਲਾ ਪ੍ਰਕਾਸ਼ ਪੁਰਬ ਮੌਕੇ ਜਸਟਿਸ ਗੁਰਨਾਮ ਸਿੰਘ ਦੀ ਸਰਕਾਰ ਸੀ ਔਰ ਉਸ ਸਮੇਂ ਲਗਭਗ 30 ਤੋਂ ਜ਼ਿਆਦਾ 38 ਵਿੱਦਿਅਕ ਅਦਾਰੇ ਜਿਹੜਾ ਸਕੂਲ ਕਾਲਜ ਸੀ ਗੁਰੂ ਨਾਨਕ ਪਾਤਸ਼ਾਹ ਦੇ ਨਾਂ 'ਤੇ ਖੋਲ੍ਹੇ ਗਏ। ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ 1969 'ਚ ਹੋਂਦ 'ਚ ਆਉਂਦੀ ਹੈ, ਬਾਬੇ ਨੂੰ ਸਮਰਪਿਤ ਔਰ ਉਹ ਲੋਕ ਜਿਹੜੇ ਇਹਨਾਂ ਦਿਨਾਂ ਨੂੰ ਬਹੁਤ ਵਡਭਾਗਾ ਸਮਝਦੇ ਆ ਕਿ ਜੀਵਨ 'ਚ ਮਸਾਂ ਆਉਂਦੇ ਆ। ਬਿਲਕੁਲ। ਔਰ ਅੱਜ ਇੱਕ ਯੂਨੀਵਰਸਿਟੀ ਖੁੱਲ੍ਹਦੀ ਹੈ 19 'ਚ, ਹਾਂ 2019 'ਚ, ਅਤੇ ਉਹਦਾ ਨਾਂ ਕੀ ਰੱਖਿਆ ਜਾਂਦਾ? ਉਹ ਖੁੱਲ੍ਹਦੀ ਹੈ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ। ਇੱਕ ਲੌਤਾ ਇੰਸਟੀਟਿਊਸ਼ਨ ਇਸ ਬਾਬੇ ਦੇ 550 ਸਾਲਾਂ ਦੇ ਦਿਨਾਂ 'ਚ ਇਹਨਾਂ ਮੌਕਿਆਂ ਦੇ ਉੱਤੇ ਜਿਹਦਾ ਨਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੋਣ ਦੀ ਬਜਾਏ ਬਿਲਕੁਲ ਮਹਾਰਾਜਾ ਸਾਹਿਬ ਦੇ ਦਾਦੇ, ਹਾਂ ਮਹਾਰਾਜਾ ਭੁਪਿੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਾਦੇ ਦੇ ਨਾਂ 'ਤੇ। ਔਰ ਜੇਕਰ ਅੱਜ ਦਾ ਦੌਰ ਦੇਖੀਏ, ਮੈਨੂੰ ਅਜੇ ਪੱਕਾ ਯਕੀਨ ਇੰਝ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਹ ਥੌਟ ਪ੍ਰੋਸੈਸ ਨਹੀਂ ਹੋਏਗਾ, ਇਹ ਉਹਨਾਂ ਦੇ ਸਿੱਪਾ ਸਲਾਰ ਜਿਹੜੇ ਚਾਪਲੂਸੀਆਂ ਦੀਆਂ ਹੱਦਾਂ ਟੱਪੀ ਜਾਂਦੇ। ਬਿਲਕੁਲ, ਜਿਹਨਾਂ ਦਾ ਕੰਮ ਇਹੋ ਆ। ਔਰ ਰੱਬ ਦੀ ਲਾਠੀ ਬੜੀ ਬੇਆਵਾਜ਼ ਹੈ। ਰਾਣਾ ਸੋਢੀ ਜਿਹੜੇ ਕੈਪਟਨ ਸਾਹਿਬ ਦੀ ਕਿਚਨ ਕੈਬਨਿਟ ਦੇ ਅਹਿਮ ਮੈਂਬਰ ਮੰਨੇ ਜਾਂਦੇ, ਹਾਂ ਪੰਜਾਬ ਦੇ ਮੌਜੂਦਾ ਨੀਤੀ ਵੇਤਾ, ਜਿਨ੍ਹਾਂ ਦੇ ਬਾਰੇ 'ਚ ਕਲੀਅਰ ਹੈ ਕਿ ਸਰਕਾਰ ਇਹਨਾਂ ਦੀ ਮਰਜ਼ੀ ਨਾਲ ਚੱਲਦੀ ਹੈ। ਹਾਂ ਸਰ, ਖੁਦ ਸਰਕਾਰ ਨੇ ਬਿਲਕੁਲ ਕੱਲ ਘਿਰ ਗਏ। ਮੈਨੂੰ ਬਾਬੇ ਨਾਨਕ ਦੀ ਬੜੀ ਯਾਦ ਆਈ, ਤੁਸੀਂ ਸਾਰਿਆਂ ਵੀਡੀਓ ਦੇਖ ਲਈ ਹੈ ਕਿ ਇੱਕ ਜਗ੍ਹਾ ਕੈਪਟਨ ਸਾਹਿਬ ਦੇ ਸੁਰੱਖਿਆ ਇੰਚਾਰਜ ਖੋਬੀ ਰਾਮ ਬਿਲਕੁਲ ਰਾਣਾ ਸੋਢੀ ਨੂੰ ਗੱਡੀ 'ਚ ਬਹਿਣ ਤੋਂ ਮਨਾ ਕਰ ਦਿੰਦੇ। ਇਹਦੇ ਇੱਕ ਅਰਥ ਨਹੀਂ, ਕਈ ਅਰਥ ਨੇ, ਉਹਨਾਂ ਅਰਥਾਂ ਤੱਕ ਪਹੁੰਚਣ ਦਾ ਯਤਨ ਕਰਾਂਗੇ। ਜੀ, ਕਾਫਲਾ ਆਉਂਦਾ ਬਿਲਕੁਲ ਮਹਾਰਾਜਾ ਸਾਹਿਬ ਤੋਂ ਅਗਲੀ ਗੱਡੀ ਜਿਹ 'ਚ ਮਹਾਰਾਜ ਸਾਹਿਬ ਬੈਠੇ ਦੇਖਦੇ ਆ ਪੂਰੀ ਤਰ੍ਹਾਂ। ਜੀ ਜੀ ਜੀ, ਸਾਫ਼ ਸਭ ਵੇ ਅੱਖੀ ਵੇਖ ਰਹੇ ਆ ਵੀ ਕੀ ਵਾਪਰ ਰਿਹਾ। ਬਿਲਕੁਲ, ਖੂਬੀ ਰਾਮ ਰਾਣਾ ਸੋਢੀ ਨੂੰ ਮਨਾ ਕਰ ਦਿੰਦੇ। ਹਾਂ, ਗੱਲਬਾਤ ਹੁੰਦੀ ਹੈ, ਤੁਸੀਂ ਸੁਣ ਲਈ ਹੈ, ਸੁਣਾਉਣ ਦੀ ਲੋੜ ਨਹੀਂ। ਉਸ ਤੋਂ ਬਾਅਦ ਰਾਣਾ ਸੋਢੀ ਨਿੰਮੂ ਝਾਣੇ ਜੇ ਹੋ ਕੇ ਕੈਪਟਨ ਸਾਹਿਬ ਵੱਲ ਵੇਂਦੇ ਆ। ਬਿਲਕੁਲ, ਹਾਂਜੀ, ਜਿੱਦਾਂ ਬੰਦਾ ਤਰਸ ਭਰੀਆਂ ਨਾ ਜਾਣਾ ਹੁਣ ਕੁਝ ਇਹ ਅਜੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਦੋਂ ਪਿੱਛੇ ਰਿਕਾਰਡਿੰਗ ਹੋ ਰਹੀ ਹੈ। ਬਿਲਕੁਲ, ਤੇ ਰਿਕਾਰਡਿੰਗ ਵੀ ਕਿਸੇ ਘਰ ਦੇ ਭੇਤੀ ਨੇ ਕੀਤੀ ਹੋਊ ਉੱਥੇ ਬਣਦੀ ਨਾਲ। ਗੱਲ ਨਹੀਂ ਸਮਝੀ, ਜਦੋਂ ਐਡੀ ਸਿਕਿਉਰਿਟੀ ਆ, ਸੁਰੱਖਿਆ ਆ, ਤੇ ਫਿਰ ਰਿਕਾਰਡਿੰਗ ਵਾਲੇ ਤੇ ਨਾਲ ਹੀ ਆ। ਮੈਂ ਉਹੀ ਕਹਿੰਦਾ ਕਿ ਕੈਪਟਨ ਸਾਹਿਬ ਵੱਲ ਵੇਂਦੇ ਆ, ਲੇਕਿਨ ਕੈਪਟਨ ਸਾਹਿਬ ਵੱਲ ਅਸ਼ੋਪਲੇ ਜਦੋਂ ਵਧਣ ਲੱਗਦੇ ਆ, ਕਾਫਲਾ ਗਾਂ ਨਿਕਲ ਜਾਂਦਾ, ਕਾਫਲਾ ਗਾਂ ਨਿਕਲ, ਖਲੋਤੇ ਰਹਿ ਜਾਂਦੇ। ਬਿਲਕੁਲ, ਇਹ ਇੱਕ ਆਮ ਬੰਦੇ ਦੀ ਹੋਣੀ ਹੰਢਾਈ ਕੱਲ ਰਾਣਾ ਸੋਢੀ ਨੂੰ। ਇਹ ਅਕਸਰ ਆਮ ਬੰਦਿਆਂ ਨਾਲ ਵਾਪਰਦਾ ਕਿ ਜਦੋਂ ਲੋਕ ਬੜੇ ਚਾਅ ਨਾਲ ਜਾਂਦੇ ਨੇ ਕਿ ਆਹ ਫਲਾਂ ਬੰਦਾ ਜਿਹੜਾ ਇਹਨੂੰ ਵੋਟਾਂ ਪਾ ਕੇ ਵਿਧਾਇਕ ਬਣਾਇਆ, ਬਿਲਕੁਲ ਆਹ ਵਿਧਾਇਕ ਹੁੰਦਾ ਸੀ ਹੈ ਇਹਨੂੰ ਮੰਤਰੀ ਬਣਾ ਦਿੱਤਾ, ਹੁਣ ਸਾਡਾ ਹੋ ਗਿਆ ਹੈ। ਬਿਲਕੁਲ, ਉਹ ਬੜੇ ਚਾਅ ਨਾਲ ਜਾਂਦੇ ਨੇ ਅਤੇ ਇਹੋ ਹੀ ਸਿਕਿਉਰਿਟੀ ਵਾਲੇ ਜਿਹੜੇ ਨੇ ਪਾਸੇ ਕਰਦੇ, ਹਰ ਜੋ ਪਿੱਛੇ ਹੋ ਜੋ ਪਿੱਛੇ ਹੋ ਜੋ, ਹਰ ਲੋ ਹੋਈ ਹੁੰਦੀ ਆ, ਹੂਟਰ ਤੇ ਹੂਟਰ ਵੱਜੀ ਜਾਂਦੇ। ਰਾਣਾ ਸੋਢੀ ਵਰਗਿਆਂ ਲੱਤ ਤੇ ਲੱਤ ਚੜਾਈ ਹੁੰਦੀ ਹੈ, ਹਾਂ, ਤੇ ਮੁੱਛਾਂ ਤੇ ਹੱਥ ਫਿਰਦੇ ਐ ਲੰਘ ਜਾਂਦੇ ਜਿੱਦਾਂ ਇਹ ਕੀੜੀਆਂ ਕੱਢ ਹੁੰਦੇ। ਉਹਨਾਂ ਦਾ ਧਿਆਨ ਹੁੰਦਾ ਕਿ ਸਾਹਮਣੇ ਜਿਹੜਾ ਚੌਂਕ 'ਚ ਸਿਪਾਹੀ ਖੜਾ ਉਹਨੂੰ ਸਲੂਟ ਮੈਨੂੰ ਮਾਰਨਾ। ਹੁਣ ਕਦੇ ਕਦੇ ਇੰਜ ਵਾਪਰਦਾ ਹੈ ਕਿ ਕੁਛ ਬੇਪਰਦ ਵੀ ਪਰਦ ਹੋ ਜਾਂਦਾ। ਬਿਲਕੁਲ, ਠੀਕ ਹੈ ਜੀ। ਔਰ ਜਦੋਂ ਪਰਦੇਦਾਰੀਆਂ ਤੋਂ ਬਾਹਰ ਆਉਂਦੀਆਂ ਗੱਲਾਂ, ਅੱਛਾ ਇਹੀ ਰਾਣਾ ਸੋਢੀ ਬਾਰੇ ਸਰਕਾਰ ਦੇ ਵਿੱਚ ਜਿੰਨੇ ਬਿਊਰੋਕਰੈਟਸ ਨੇ ਜੀ, ਅਫਸਰ ਨੇ ਜੀ, ਪੋਲੀਟੀਸ਼ੀਅਨ ਨੇ, ਉਹਨਾਂ ਦੇ ਮਨ 'ਚ ਖਿਆਲ ਹੋਊ ਕਿ ਰਾਣਾ ਸੋਢੀ ਤੋਂ ਕੰਮ ਕਰਾ ਲਓ, ਰਾਜਾ ਜੀ ਦੇ ਨਾਲ ਬਹਿੰਦੇ ਇਕੱਠੇ ਬ੍ਰੇਕਫਾਸਟ ਕਰਦੇ ਆਉਣਾ ਜਾਣਾ। ਹਾਂ, ਹਾਂਜੀ, ਹੁਣ ਜਦੋਂ ਹਾਲਾਤ ਇਹ ਬਣੇ ਹੋਣਗੇ ਤੇ ਕਿੰਨਾ ਮੁਲੰਮਾ ਜਿਹੜਾ ਚੜਿਆ ਸੀ ਉਤਰ ਗਿਆ। ਮੈਂ ਕਿਹਾ ਜੀ, ਕਈਆਂ ਨੇ ਰਾਤ ਸੁੱਖ ਦਾ ਸਾਹ ਲਿਆ ਹੋਣਾ, ਰੋਜ਼ ਹੀ ਘੂਰਦਾ ਸੀ ਆ ਕੇ ਯਾਰ ਮੁੱਖ ਮੰਤਰੀ ਦੇ ਨਾਂ 'ਤੇ। ਪਲ 'ਚ ਕਿੰਨਾ ਕੁਝ ਬਦਲ ਜਾਂਦਾ ਹੈ, ਅਸੀਂ ਕਦੇ ਕਿਆਸ ਹੀ ਨਹੀਂ ਕਰਦੇ ਇਹਦੇ ਕਿੰਨੇ ਡੂੰਘੇ ਅਰਥ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਹਨਾਂ ਦੇ ਸਭ ਤੋਂ ਵੱਡੇ ਸਿੱਪਾ ਸਲਾਰ ਦੇ ਨਾਲ ਇੰਜ ਵਾਪਰ ਰਹੀ ਹੈ ਔਰ ਕੈਪਟਨ ਸਾਹਿਬ ਅੱਖ ਨਹੀਂ ਉਧਰ ਕਰਦੇ। ਮੈਂ ਕਿਹਾ ਜੀ, ਸਿਕਿਉਰਿਟੀ ਵਾਲੇ ਉਲਟਾ ਉਹਨਾਂ ਨੂੰ ਘੇਰ ਕੇ ਖੜੇ ਆ ਜੀ, ਔਰ ਜੇ ਉਹ ਵਾਕਈ ਸੀ ਵਜ਼ੀਰ ਨੇ ਉਹਨਾਂ ਦੇ ਤਾਂ ਸ਼ੀਸ਼ਾ ਥੱਲੇ ਹੋ ਸਕਦਾ ਸੀ। ਨਹੀਂ, ਸਭ ਤੋਂ ਸੌਖਾ ਤਰੀਕਾ ਇਹੀ ਸੀ ਕਿ ਥੋੜ੍ਹਾ ਜਿਹਾ ਸ਼ੀਸ਼ਾ ਥੱਲੇ ਔਰ ਹੱਥ ਹੀ ਮਾਰ ਦਿੰਦੇ ਕਿ ਪਿੱਛੇ ਆ ਜਾਓ, ਪਿੱਛੇ ਆ ਜਾਓ ਵੀ। ਔਰ ਦੇਖੋ ਉਹਦੇ ਤਰਲੇ ਵੀ ਸੁਣੋ ਨਾ ਤੁਸੀਂ, ਉਹ ਕਹਿੰਦਾ ਮੇਰੀ ਕਾਫਲੇ ਗੱਡੀ ਨਹੀਂ ਲੱਗੀ, ਉਹ ਕਹਿੰਦਾ ਮੇਰੀ ਕਾਫਲੇ ਗੱਡੀ ਨਹੀਂ ਲਿਖੀ ਲੱਗੀ ਨਹੀਂ ਹੈ, ਤੇ ਉਹ ਕਹਿੰਦਾ ਵੀ ਇਸਮੇ ਨਹੀਂ ਬੈਠ ਸਕਦੇ ਆਪ, ਇਹ ਸਰਕਾਰੀ ਗਾੜੀ ਹੈ। ਸਰਦਾਰ ਸਾਹਿਬ, ਇਹ ਹੈ ਕਿ ਅੱਜ ਉਹਦੇ ਬਾਰੇ ਭਾਵੇਂ ਕਹਿ ਦਿਓ ਕਿ ਚੋਣ ਜਾਬਤਾ ਲੱਗਿਆ ਸੀ ਜੀ, ਭਾਵੇਂ ਉਹਦੇ ਬਾਰੇ ਇਹ ਕਹਿ ਦਿਓ ਕਿ ਗੱਲ ਕੁਛ ਵੀ ਨਹੀਂ ਐਵੇਂ ਵਧਾਤੀ ਗਈ ਜੀ, ਤੇ ਭਾਵੇਂ ਇਹ ਵੀ ਕਹਿ ਦਿਓ ਵੀ ਕੈਪਟਨ ਸਾਹਿਬ ਜਿਹੜੇ ਆ ਉਹ ਸਿਕਿਉਰਿਟੀ ਘੇਰੇ 'ਚ ਸੀ ਜੀ, ਕੈਪਟਨ ਸਾਹਿਬ ਇੱਕ ਪਲ ਲਈ ਗੱਡੀ ਤੋਂ ਲੱਤ ਥੱਲੇ ਲਾ ਸਕਦੇ ਸੀ ਜੇ ਯਾਰੀ ਪੱਕੀ ਹੁੰਦੀ। ਬਿਲਕੁਲ ਲਾ ਸਕਦੇ ਨੇ, ਬਿਲਕੁਲ। ਤੇ ਫਿਰ ਮੈਨੂੰ ਤਾਂ ਇੰਝ ਲੱਗਦਾ
एक सनाह दिता गया पूरी स्टेट नू हाँ ਇਹ ਮੈਸੇਜ ਲਾਏ ਜਾਂਦੇ ਆ ਕਿ ਪ੍ਰਤਾਪ ਸਿੰਘ ਕੈਰੋਂ ਦੀ ਕੋਈ ਪੁਰਾਣੀ ਕਹਾਣੀ ਸੁਣਾਉਂਦੇ ਹੁੰਦੇ ਸੀ ਕਹਿੰਦੇ ਇੱਕ ਗਰੀਬ ਜਿਹਾ ਉਹਦਾ ਪੁਰਾਣਾ ਦੋਸਤ ਸੀ ਉਹ ਕਿਤੇ ਇੱਧਰ ਆਏ ਅਤੇ ਉਹਨੂੰ ਜਾਣ ਕੇ 500-700 ਬੰਦੇ ਦੇ ਵਿੱਚੋਂ ਮੋਢੇ 'ਤੇ ਹੱਥ ਰੱਖ ਕੇ ਲੈ ਗਏ ਦੂਰ ਖੜ ਕੇ ਗੱਲ ਕੋਈ ਨਹੀਂ ਕੀਤੀ ਗੱਡੀ 'ਚ ਬਿਠਾਇਆ ਅਗਲੇ ਸਟੇਸ਼ਨ 'ਤੇ ਲਾ ਗਏ ਜੀ ਅਤੇ ਉਹ ਉਹਨੇ ਕਿਤੇ ਪਹਿਲਾਂ ਕਿਹਾ ਹੋਣਾ ਕਿ ਮੇਰੀ ਕੋਈ ਮਦਦ ਕਰ ਕਹਿੰਦਾ ਹੁਣ ਲੋੜ ਨਹੀਂ ਮੈਂ ਆਪਣਾ ਕੰਮ ਕਰਾਇਆ ਹੁਣ ਸਰਕਾਰੀ ਦਰਬਾਰੇ ਤੇਰੀ ਵਾਹ ਵੱਲ ਨਹੀਂ ਕੋਈ ਵਹਿੰਦਾ ਸੋ ਤਰੀਕਾ ਇਹ ਹੁੰਦਾ ਕਿ ਇਹ ਜਦੋਂ ਕਿਸੇ ਦੀ ਜੱਫੀ ਪਾ ਲੈਂਦੇ ਆ ਬੰਦਾ ਸਮਾਨ ਤੇ ਚੱਲ ਜਾਂਦਾ ਤੁਹਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਹੈ ਜੀ ਹਰਬੰਸ ਸਿੰਘ ਘੁੰਮਣ ਟਕਸਾਲੀ ਅਕਾਲੀ ਉਹਨਾਂ ਦੇ ਘਰ ਅਚਨਚੇਤ ਬਾਦਲ ਸਾਹਿਬ ਸਿਖਰ ਦੁਪਹਿਰੇ ਜਾਵੜੇ ਗੱਡੀਆਂ ਦਾ ਕਾਫਲਾ ਲੈ ਕੇ ਪਰਿਵਾਰ ਨੇ ਦੇਖਿਆ ਕਿ ਮੁੱਖ ਮੰਤਰੀ ਆ ਸੂਬੇ ਦਾ ਤੇ ਚਲੋ ਆਓ ਭਗਤ ਹੋਣੀ ਸੀ ਉਹਨਾਂ ਨੇ ਬਜ਼ੁਰਗ ਨੇ ਵਿਹੜੇ 'ਚ ਮੰਜਾ ਡੱਠਾ ਸੀ ਉੱਥੇ ਬਕਾਇਦਾ ਖੇਸੀ ਜੀ ਵਿਛਾਈ ਸਾਫ ਚਾਦਰ ਵਿਛਾਈ ਮੁੱਖ ਮੰਤਰੀ ਮੇਰੇ ਘਰ ਆਇਆ ਪਾਣੀ ਪੂਣੀ ਪੀਤੀ ਚਾਹ ਪੀਤੀ ਅਤੇ ਬਾਅਦ 'ਚ ਜਦੋਂ ਤੁਰਨ ਲੱਗੇ ਅਤੇ ਉਹਦਾ ਉਹਨਾਂ ਦਾ ਲੜਕਾ ਜਸਵੀਰ ਸਿੰਘ ਘੁੰਮਣ ਹੈ ਇੱਥੇ ਮੇਰੇ ਖਿਆਲ ਵਕਾਲਤ ਕਰ ਰਿਹਾ ਜੋਧਪੁਰ ਜੇਲ੍ਹ 'ਚ ਵੀ ਰਿਹਾ ਉਹਨੂੰ ਕਲਾਵੇ 'ਚ ਲਿਆ ਦੇਖੋ ਕਾਕਾ ਜੀ ਤੁਹਾਡਾ ਸਾਡੀਆਂ ਤੁਹਾਡੀਆਂ ਬਹੁਤ ਸਤਿਕਾਰ ਹੈ ਤੁਹਾਡਾ ਹਾਂ ਨਹੀਂ ਤੁਹਾਡਾ ਸਤਿਕਾਰ ਬਹੁਤ ਆ ਅਤੇ ਦੇਖੋ ਤੁਹਾਡੀਆਂ ਖਾਹਿਸ਼ਾਂ ਬਹੁਤ ਆ ਅਤੇ ਬੇਟਾ ਜੀ ਮੇਰੀਆਂ ਮਜਬੂਰੀਆਂ ਵੀ ਬਹੁਤ ਨੇ ਅੱਛਾ ਉਹ ਇੰਨੀ ਗੱਲ ਕਹਿ ਕੇ ਵੀ ਨਾ ਕੋਈ ਦਿੱਤਾ ਅਤੇ ਨਾ ਕੋਈ ਲਿਆ ਮੁੱਖ ਮੰਤਰੀ ਸਾਹਿਬ ਚਲੇ ਗਏ ਅਤੇ ਪਿੰਡ 'ਚ ਰੌਲਾ ਪੈ ਗਿਆ ਉਹ ਕੀ ਵੀ ਅੱਜ ਬਾਦਲ ਸਾਹਿਬ ਦੇ ਗਏ ਜੇ ਕੋਈ ਘੁੰਮਣ ਪਰਿਵਾਰ ਨੂੰ ਇਹ ਦੱਸਦੇ ਨਹੀਂ ਵਾਰ ਮੀਸਣੇ ਹੋ ਕੇ ਖਾਣਗੇ ਹੁਣ ਅੱਛਾ ਅਤੇ ਉਹਨਾਂ ਦੇ ਪੱਲੇ ਅਜੇ ਤਾਂ ਕੱਖ ਨਹੀਂ ਪਿਆ ਮਤਲਬ ਤੁਹਾਨੂੰ ਟਿਕਟ ਦੇ ਗਏ ਜੇ ਮੁੰਡਾ ਸੈੱਟ ਹੋ ਜੂ ਵੀ ਉਹਨਾਂ ਨੂੰ ਲੋਕਾਂ ਨੂੰ ਗੁਆਂਢੀਆਂ ਨੂੰ ਇਹ ਹੁੰਦਾ ਚੇਅਰਮੈਨ ਨਹੀਂ ਮਿਲ ਜਾਣੀ ਹੁਣ ਹਾਂ ਪਤਾ ਨਹੀਂ ਕੀ ਦੇ ਗਏ ਨੇ ਅੰਦਰ ਵਾੜ ਕੇ ਸਰਦਾਰ ਸਾਹਿਬ ਇਹ ਤੇ ਉਹ ਉਦਾਹਰਨਾਂ ਨੇ ਜਿਹਦੇ ਨਾਲ ਕੱਲ੍ਹ ਵਾਪਰ ਗਈ ਬਿਲਕੁਲ ਮੈਂ ਉਹਨਾਂ ਦੀ ਮਾਨਸਿਕ ਸਥਿਤੀ ਸਮਝਣਾ ਚਾਹੁੰਦਾ ਰਾਣਾ ਸੋਢੀ ਜੀ ਦੀ ਰਾਣਾ ਸੋਢੀ ਜੀ ਜੇ ਸਾਨੂੰ ਸੁਣਦੇ ਆ ਤੇ ਇੱਕ ਬੇਨਤੀ ਆ ਕਿ ਖਲਕਤ ਦਾ ਤੁਸੀਂ ਵੀ ਇੱਕ ਇਕਾਈ ਜੀਵ ਹੋ ਬਿਲਕੁਲ ਕਦੇ ਨਾ ਭੁੱਲਿਆ ਕਰੋ ਕਿ ਜੀਵਨ ਦੇ ਵਿੱਚ ਬੇਸ਼ੁਮਾਰ ਪ੍ਰਾਪਤੀਆਂ ਦੇ ਨਾਲ ਨਾਲ ਬਿਲਕੁਲ ਬੇਸ਼ੁਮਾਰ ਦੁਸ਼ਵਾਰੀਆਂ ਵੀ ਆ ਜੀ ਜੇ ਤੁਸੀਂ ਏਡੇ ਮਹੱਲ ਬਣਾ ਕੇ ਬੈਠੇ ਹੋ ਪਿਤਾ ਪੁਰਖੀ ਵਿਰਾਸਤੀ ਵੀ ਤੁਹਾਡੇ ਕੋਲ ਜਾਇਦਾਦਾਂ ਹੋਣਗੀਆਂ ਬਿਲਕੁਲ ਲੇਕਿਨ ਇੱਕ ਆਮ ਇਨਸਾਨ ਵੀ ਇਸੇ ਬ੍ਰਹਿਮੰਡ ਦਾ ਇੱਕ ਛੋਟਾ ਹਿੱਸਾ ਹੈ ਜੀ ਉਹਨੂੰ ਇੰਨਾ ਕਿਣਕਾ ਮਾਤਰ ਨਾ ਸਮਝੋ ਕਿ ਜਦੋਂ ਮਰਜ਼ੀ ਕੁਚਲੀ ਜਾਓ ਬਿਲਕੁਲ ਤੁਹਾਨੂੰ ਯਾਦ ਹੈ ਇਸੇ ਰਾਣਾ ਸੋਢੀ ਦੇ ਖਿਲਾਫ ਜੀਰਾ ਤੇ ਪਰਮਿੰਦਰ ਪਿੰਕੀ ਜੀ ਪਿੱਛੇ ਰੌਲਾ ਪਾਉਂਦੇ ਫਿਰਦੇ ਸੀ ਕਹਿੰਦੇ ਹਾਈਕਮਾਂਡ ਨੂੰ ਸ਼ਿਕਾਇਤਾਂ ਕਰਤੀਆਂ ਕਿ ਇਹ ਅਕਾਲੀਆਂ ਦੇ ਬੰਦੇ ਨੂੰ ਚੇਅਰਮੈਨ ਫਿਰੋਜ਼ਪੁਰ ਦਾ ਬਣਾਉਂਦੇ ਆ ਜ਼ਿਲ੍ਹਾ ਪ੍ਰੀਸ਼ਦ ਕੈਪਟਨ ਸਾਹਿਬ ਨੇ ਕੁਛ ਨਹੀਂ ਕੀਤਾ ਜਾਂ ਅਜੇ ਤੱਕ ਨਹੀਂ ਹੋਇਆ ਲੇਕਿਨ ਜਿੱਦਣ ਕੈਪਟਨ ਸਾਹਿਬ ਨੇ ਕਰਨਾ ਸੀ ਕਰ ਦਿੱਤਾ ਜਲਾਲਾਬਾਦ ਦੇ ਵਿੱਚ ਹੁਣ ਜਲਾਲਾਬਾਦ 'ਚ ਕਰ ਦਿੱਤਾ ਬਿਕਰਮ ਮਜੀਠੀਆ ਦਾ ਬਿਆਨ ਸੀ ਕਿ ਅਖੇ ਰੋਡ ਸ਼ੋ ਚੰਗਾ ਨਹੀਂ ਰਿਹਾ ਇਸ ਕਰਕੇ ਕੈਪਟਨ ਸਾਹਿਬ ਨੇ ਉਹਨਾਂ ਨੂੰ ਇਗਨੋਰ ਕਰਤਾ ਮੈਂ ਇਹ ਸਵਾਲ ਕਰਦਾ ਕਿ ਇਹ ਵੀ ਗੱਲ ਨਹੀਂ ਬਿਕਰਮ ਮਜੀਠੀਏ ਦਾ ਬਿਆਨ ਜਿਹੜਾ ਬਿਲਕੁਲ ਰਾਜਨੀਤੀ ਤੋਂ ਪ੍ਰੇਰਿਤ ਹੈ ਬਿਲਕੁਲ ਕਿਉਂਕਿ ਮਹਾਰਾਜਾ ਸਾਹਿਬ ਤੇ ਅਜੇ ਰੋਡ ਸ਼ੋਅ ਕਰਨ ਲਈ ਆ ਰਹੇ ਸੀ ਕਿਹੜੇ ਵਾਪਸ ਜਾ ਰਹੇ ਸੀ ਗੱਲ ਨਹੀਂ ਸਮਝੇ ਦੂਰ ਬੈਠਿਆਂ ਨੂੰ ਇਹਨਾਂ 'ਚ ਕਿ ਭੁਲੇਖੇ ਵੀ ਪੈਂਦੇ ਨੇ ਨਹੀਂ ਭੁਲੇਖੇ ਨਹੀਂ ਲੋਕਾਂ ਦਾ ਮਨ ਬਦਲਣਾ ਚਾਹੁੰਦੇ ਵੋਟਾਂ ਨੂੰ ਲੈ ਕੇ ਹਾਂ ਲੇਕਿਨ ਮਹਾਰਾਜਾ ਸਾਹਿਬ ਨੇ ਤੇ ਮੇਰਾ ਖਿਆਲ ਇਹ ਇਸ਼ਾਰਾ ਦਿੱਤਾ ਵਾ ਜ਼ਿਲ੍ਹੇ ਦੀ ਲੀਡਰਸ਼ਿਪ ਨੂੰ ਫਿਰੋਜ਼ਪੁਰੀਆਂ ਨੂੰ ਕਿ ਮੇਰੀ ਐਡੀ ਵੀ ਸਾਂਝ ਨਹੀਂ ਐਡੀ ਵੀ ਸਾਂਝ ਨਹੀਂ ਤੁਸੀਂ ਆਪਣਾ ਆਰਾਮ ਆਪਣੇ ਰਫਤਾਰ ਨਾਲ ਤੁਰੇ ਜਾਓ ਜੀ ਵੀ ਜ਼ਰੂਰੀ ਨਹੀਂ ਵੀ ਇਹਨੇ ਇੱਕ ਟਿਕਟ ਜਿਹੜੀ ਉਹਨਾਂ ਨੂੰ ਚੇਅਰਮੈਨ ਨਹੀਂ ਦੇ ਦਿੱਤੀ ਅਕਾਲੀਆਂ ਨੂੰ ਤਾਂ ਮੈਂ ਸਾਰਾ ਕੁਝ ਹੀ ਦੇ ਦੇਣਾ ਉਹਨਾਂ ਨੂੰ ਤੇ ਪਰ ਹੋ ਸਕਦਾ ਕਿ ਸ਼ਾਮ ਨੂੰ ਚੰਡੀਗੜ੍ਹ ਵਾਲੀ ਕੋਠੀ 'ਚ ਮਹਾਰਾਜਾ ਸਾਹਿਬ ਕਲਾਵੇ 'ਚ ਲੈ ਕੇ ਕਹਿਣ ਯਾਰ ਉਦੋਂ ਮੇਰਾ ਧਿਆਨ ਨਹੀਂ ਗਿਆ ਅੱਛਾ ਹਾਂਜੀ ਲੇਕਿਨ ਜਿਹੜਾ ਸੁਨੇਹਾ ਜਾਣਾ ਸੀ ਉਹ ਚਲੇ ਗਿਆ ਸੁਨੇਹਾ ਚਲੇ ਗਿਆ ਕਈ ਅਫਸਰ ਤੇ ਰਾਤ ਨਾ ਗੂੜੀ ਨੀਂਦ ਦੇ ਸੁੱਤੇ ਹੋਣੇ ਆ ਤੇ ਕਈਆਂ ਨੇ ਅੱਜ ਸਵੇਰੇ ਆਪਣੇ ਸਟਾਫ ਨੂੰ ਕਹਿ ਦਿੱਤਾ ਇਹਦਾ ਖਿਆਲ ਰੱਖਿਓ ਸਿੱਧਾ ਬਾਹਰੋਂ ਬਾਹਰ ਜਾਣਾ ਚਾਹੀਦਾ ਕਮਰੇ ਅੰਦਰ ਨਹੀਂ ਵੜਨਾ ਚਾਹੀਦਾ ਹੁਣ ਨਹੀਂ ਇੰਨੀ ਵੀ ਗੱਲ ਨਹੀਂ ਅਗਲਾ ਜੇ ਵਜ਼ੀਰ ਹੈ ਕਿ ਇੰਜ ਵੀ ਹੋ ਜਾਂਦਾ ਜੀ ਅਫਸਰਸ਼ਾਹੀ ਆ ਜਿਸ ਵੇਲੇ ਹੁਣ ਤੇ ਕੱਲ੍ਹ ਇੱਕ ਅਫਸਰ ਨੇ ਮੱਥੇ ਤੇ ਅੱਖਾਂ ਰੱਖੀਆਂ ਨਾ ਸਿਕਿਉਰਿਟੀ ਦਿਖਾਈ ਹੈ ਨਾ ਹੁਣ ਖੁਬੀ ਰਾਮ ਹਾਂ ਹਾਂ ਤੇ ਕੱਲ ਨੂੰ ਜਿਹੜੇ ਦੂਸਰੇ ਉਹ ਵੀ ਅੱਖਾਂ ਰੱਖਣਗੇ ਮੱਥੇ ਤੇ ਵੀ ਨਹੀਂ ਜੀ ਸਾਡੀ ਮਜਬੂਰੀ ਆ ਜੀ ਅੱਛਾ ਕੈਪਟਨ ਸਾਹਿਬ ਨੇ ਇੱਕ ਦੋ ਕੰਮ ਚੰਗੇ ਕੀਤੇ ਹੋਏ ਜਿੱਦਾਂ ਉਹਨਾਂ ਨੇ ਆਪਣਾ ਜਿਹੜਾ ਪ੍ਰਿੰਸੀਪਲ ਚੀਫ ਸੈਕਟਰੀ ਲਾਇਆ ਸੁਰੇਸ਼ ਕੁਮਾਰ ਇੱਕ ਇਮਾਨਦਾਰ ਬੰਦਾ ਬਿਲਕੁਲ ਸਾਡੇ ਸਵਾਲ ਉਹਨਾਂ ਨੂੰ ਵੀ ਆ ਸਿੱਧੇ ਵੀ ਜੇਕਰ ਮੰਨ ਲਓ ਮਹਾਰਾਜਾ ਸਾਹਿਬ ਕੋਲ ਟਾਈਮ ਹੈ ਨਹੀਂ ਜੀ ਮੰਨ ਲਓ ਮਹਾਰਾਜਾ ਸਾਹਿਬ ਤੋਂ ਬਹੁਤ ਵੱਡੇ ਬੰਦੇ ਆ ਲੇਕਿਨ ਤੁਸੀਂ ਪ੍ਰਬੰਧਕੀ ਮੁੱਖ ਮੰਤਰੀ ਹੋ ਸਾਡੀ ਨਜ਼ਰ 'ਚ ਜੀ ਤੇ ਜੇ ਪ੍ਰਬੰਧਕੀ ਮੁੱਖ ਮੰਤਰੀ ਹੋ ਤੇ ਪੰਜਾਬ ਦੇ ਲੋਕ ਵੇਖਦੇ ਪਏ ਆ ਇਤਿਹਾਸ 'ਚ ਇਹਨਾਂ 5 ਸਾਲਾਂ ਦਾ ਵੀ ਮੁਲਾਂਕਣ ਹੋਇਆ ਕਰਨਾ ਕਿਉਂਕਿ ਪਿਛਲੇ 5 ਸਾਲ ਦੇ ਕੈਪਟਨ ਸਾਹਿਬ ਦੇ ਰਾਜ ਵਿੱਚ ਕੁਝ ਚੰਗੀਆਂ ਚੀਜ਼ਾਂ ਹੋਈਆਂ ਸੀ ਜੀ ਔਰ ਕੈਪਟਨ ਅਮਰਿੰਦਰ ਸਿੰਘ ਇੱਕ ਛੋਟੇ ਨਾਇਕ ਵਾਂਗ ਅੱਗੇ ਆਏ ਸੀ ਜੀ
ਲੇਕਿਨ ਇਸ ਵਾਰੀ ਕੁਛ ਐਸਾ ਨਹੀਂ ਵਾਪਰਿਆ ਜਿਹਦੀ ਗਿਣਤੀ ਗਣਾਈ ਜਾ ਸਕੇ। ਇੱਕੋ ਯੂਨੀਵਰਸਿਟੀ ਬਣੀ ਸੀ ਜੇ ਉਹਨੂੰ ਬਾਬੇ ਨਾਨਕ ਦੇ ਨਾਂ ਤੇ ਰੱਖ ਦਿੰਦੇ ਹਰਜ ਕੀ ਸੀ? ਸੁਰੇਸ਼ ਕੁਮਾਰ ਵਰਗੇ ਜਿਹੜੇ ਲੋਕ ਸੀ ਉਹ ਸਲਾਹ ਦੇ ਸਕਦੇ ਸੀ ਕਿ ਨਹੀਂ ਇਸ ਵਾਰੀ ਜੋ ਕੁਝ ਦੇਣਾ ਆ ਉਹ ਗੁਰੂ ਬਾਬੇ ਦੇ ਨਾਂ ਤੇ, ਕੁਛ ਵੀ ਹੋਵੇ ਇਹਨਾਂ ਦਿਨਾਂ 'ਚ, ਕਿਉਂਕਿ ਜੇ ਤੁਹਾਡੇ ਤੁਸੀਂ, ਕਿਉਂਕਿ ਕਪਤਾਨ ਸਾਹਿਬ ਕਹਿੰਦੇ ਨੇ ਕਿ ਸਾਡੇ 'ਤੇ ਗੁਰੂ ਪਰਿਵਾਰ ਦੀ ਬੜੀ ਮਿਹਰ ਹੈ, ਬਿਲਕੁਲ, ਫਿਰ ਤੁਸੀਂ ਗੁਰੂ ਪਰਿਵਾਰ ਦੇ ਨਾਂ ਦਾ ਨਾਂ ਲੈਣਾ ਹੀ ਨਹੀਂ ਚਾਹੁੰਦੇ। ਬਿਲਕੁਲ, ਹੁਣ ਤੁਹਾਨੂੰ ਆਪਣਾ ਪਰਿਵਾਰ ਯਾਦ ਆ ਗਿਆ ਅਤੇ ਮਾਫ਼ ਕਰਨਾ, ਫਿਰ ਜਿਹੜਾ ਵੱਡਾ ਆ ਉਹ ਕੋਈ ਨਾ ਕੋਈ ਤਾਂ ਆਪਣਾ ਜਾਹੋ ਜਲਾ ਜਲਵਾ ਦਿਖਾ ਦਿੰਦਾ। ਲੀਲਾ ਜਿਹੜੀ ਤਾਕਤ ਹੈ ਉਹਨੂੰ ਕਦੀ ਕਿਸੇ ਦੇ ਆ ਕੇ ਵੈਸੇ ਨਹੀਂ ਸਿਫਾਰਸ਼ ਨਹੀਂ ਕਰਨੀ ਹੁੰਦੀ, ਉਹ ਵੈਸੇ ਮੁੱਢ ਦੇ ਹੱਥ ਰੱਖ ਦਿੰਦਾ ਵੀ ਠੀਕ ਹੈ। ਹੁਣ ਜਿੱਦਾਂ ਕੱਲ੍ਹ ਰੱਖਿਆ ਗਿਆ, ਜਿਹੜਾ ਇਹੋ ਜਿਹੇ ਸੁਨੇਹੇ ਹੁੰਦੇ ਆ ਕਈ ਵਾਰੀ ਪੋਲੀਟੀਸ਼ੀਅਨ ਜਾਣ ਬੁੱਝ ਕੇ ਲਾਉਂਦੇ ਆ, ਬਿਲਕੁਲ, ਔਰ ਜ਼ਰੂਰੀ ਨਹੀਂ ਹੁੰਦਾ ਸਿਕਿਉਰਿਟੀ ਵਾਲੇ ਦੇ ਕੰਨ 'ਚ ਫੂਕ ਵੀ ਮਾਰੀ ਹੋ ਸਕਦੀ ਕਿ ਅੱਜ ਇੰਨਾ ਇਹਨਾਂ ਦਾ ਖਿਆਲ ਰੱਖਣਾ। ਹਾਂ, ਅਤੇ ਉਹ ਕਾਹਦੇ ਵਾਸਤੇ ਨੇ? ਉਹਨਾਂ ਦੇ ਹੱਥ 'ਚ ਰੁੱਕਾ ਜਿਹੜਾ ਹੁੰਦਾ, ਜਿਹੜਾ ਤੁਸੀਂ ਦੇਖ ਰਹੇ ਹੋ ਉਹ ਖੂਬੀ ਰਾਮ ਦੇ ਹੱਥ 'ਚ ਪਰਚੀ ਆ ਪੂਰੀ। ਇੱਕ ਅਖਬਾਰ ਨੇ ਲਿਖਿਆ ਜੀ, ਉਹਨੂੰ ਕਿਹਾ ਜੀ ਚਲੋ ਚਲੋ ਪਿਛਲੀ ਬੱਸ ਤੱਕ ਆ ਜਾਓ, ਅਤੇ ਬੱਸ ਤੱਕ ਹੁਣ ਮੰਤਰੀ ਪੈਦਲ ਜਾਵੇਗਾ। ਵੀਡੀਓ 'ਚ ਇਹੀ ਆ ਸਾਰੀ, ਮੈਂ ਵੀਡੀਓ 'ਤੇ ਇੰਨਾ ਹੀ ਹੈ ਕਿ ਜੇ ਸਰਕਾਰੀ ਗਾੜੀ ਇਸ ਵੇਲੇ ਆਪ ਬੈਠ, ਨਹੀਂ ਇਹਦੇ 'ਚ ਉਹ ਵੀ ਹੈਗਾ, ਆਪ ਬੱਸ ਤੱਕ ਆ ਜਾਓ, ਬੱਸ ਮੈਂ ਬਿਠਾ ਦੇਂਗੇ, ਬੱਸ ਮੈਂ ਬਿਠਾ ਦੇਂਗੇ। ਉਹ ਤਾਂ ਇਹਦਾ ਮਤਲਬ ਸਾਫ਼ ਹੈ। ਹਾਂ ਦੇਖੋ, ਮੈਂ ਘੱਟੋ ਘੱਟ ਇਹ ਪ੍ਰੋਗਰਾਮ ਕਰਨ ਤੋਂ ਪਹਿਲਾਂ 10-12 ਵਾਰੀ ਉਹ ਵੀਡੀਓ ਦੇਖੀ ਹੈ ਜੀ। ਮੈਂ ਉਹਦੇ ਅਰਥ ਸਮਝਣ ਦਾ ਯਤਨ ਕੀਤਾ ਕਿ ਰਾਣਾ ਸੋਢੀ ਔਰ ਕੈਪਟਨ ਅਮਰਿੰਦਰ ਸਿੰਘ ਦੀ ਨਜ਼ਰ ਮਿਲਦੀ ਹੈ ਕਿ ਨਹੀਂ ਮਿਲਦੀ, ਇਹ ਉਹਨਾਂ ਨੂੰ ਪਤਾ ਹੋ। ਬਿਲਕੁਲ, ਲੇਕਿਨ ਰਾਣਾ ਸੋਢੀ ਉੱਧਰ ਨੂੰ ਔਲਦੇ ਆ ਕੈਪਟਨ ਅਮਰਿੰਦਰ ਸਿੰਘ ਵੱਲ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦੀ ਖਿੜਕੀ ਦਾ ਸ਼ੀਸ਼ਾ 0% ਵੀ ਥੱਲੇ ਨਹੀਂ ਜਾਂਦਾ। ਬਿਲਕੁਲ, ਲੇਕਿਨ ਉਹ ਫਿਰ ਜਿੱਦਾਂ ਇੱਕ ਬੰਦਾ ਥੋੜ੍ਹਾ ਇਨਸਲਟਡ ਫੀਲ ਕਰਦਾ, ਉਂਝ ਦੀ ਮਨੋਸਥਿਤੀ 'ਚ ਦੇਖੇ ਜਾਂਦੇ। ਬਿਲਕੁਲ, ਸੋ ਇਹ ਕੁਝ ਇੱਕ ਚੀਜ਼ਾਂ ਨੇ ਜਿਹੜੀਆਂ ਆਮ ਲੋਕਾਂ ਨੂੰ ਢਾਰਸ ਬਣਾਉਂਦੀਆਂ ਨੇ ਕਿ ਬੇਇੱਜ਼ਤੀ ਸਿਰਫ ਸਾਡੀ ਨਹੀਂ ਹੁੰਦੀ, ਬਿਲਕੁਲ ਕਿਸੇ ਵੇਲੇ ਬੇਇੱਜ਼ਤੀ ਕਰਨ ਵਾਲਿਆਂ ਦੀ ਵੀ ਕਰਨ ਵਾਲਿਆਂ ਦੀ ਵੀ ਹੋ ਜਾਂਦੀ ਹੈ। ਸੋ ਇਹ ਇੱਕ ਦੋ ਸਵਾਲ ਜਿਹੜੇ ਆ ਸਾਰੀ ਦੀ ਸਾਰੀ ਪੰਜਾਬ ਸਰਕਾਰ ਨੂੰ ਬੇਨਤੀਆਂ ਨੇ ਕਿ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਘੱਟੋ ਘੱਟ ਖਲਕਤ ਨੂੰ ਧਿਆਨ 'ਚੋਂ ਅੱਖੋਂ ਪਰੋਖੇ ਕੀਤੇ ਬਿਨਾਂ ਨਾ ਕਰੋ। ਇਤਿਹਾਸ ਮੁੜ ਮੁੜ ਦੁਹਰਾਉਂਦਾ ਰਹਿੰਦਾ ਹੈ, ਇਹ ਸੱਤਾ ਜਿਹੜੀ ਆ ਇਹ ਬਹੁਤ ਦੇਰ ਕਿਸੇ ਕੋਲ ਟਿਕੀ ਨਹੀਂ, ਬਾਦਸ਼ਾਹ ਵੀ ਹੋ ਗਏ ਜੀ, ਉਹਨਾਂ ਦੇ ਵੀ ਅੱਜ ਸਮਾਰਕਾਂ ਦੇ ਉੱਤੇ ਕਬੂਤਰ ਬਿੱਠਾਂ ਕਰਦੇ ਆ, ਰਿਜ਼ਲਟ ਕੀ ਆ? ਬਿਲਕੁਲ, ਔਰੰਗਜ਼ੇਬ ਬਾਰੇ ਪੱਕਾ ਪਤਾ ਹੈ ਜੀ ਵੀ ਉਹਦੀ ਕਬਰ ਦੇ ਉੱਤੇ ਦੀਵਾ ਬਾਲਣ ਲਈ ਤੇਲ ਨਹੀਂ ਮਿਲਦਾ, ਉਹ ਮੰਗਦੇ ਨੇ ਬਾਜ਼ਾਰ ਜਿਹੜੇ ਬਾਜ਼ਾਰ। ਤੁਸੀਂ ਕਲਾਨੌਰ 'ਚ ਚਲੇ ਜਾਓ, ਔਰੰਗਾਬਾਦ ਦੇ ਵਿੱਚ ਤੁਸੀਂ ਕਲਾਨੌਰ 'ਚ ਚਲੇ ਜਾਓ ਜਿੱਥੇ ਅਕਬਰ ਬਾਦਸ਼ਾਹ ਦੀ ਤਾਜਪੋਸ਼ੀ ਹੋਈ, ਦੇਖ ਲਓ ਉੱਥੇ ਲੋਕਾਂ ਨੇ ਮੱਝਾਂ ਬੱਧੀਆਂ ਫੋਰਸ ਕਰਦੇ ਆ ਡੰਗਰ। ਬਿਲਕੁਲ, ਕੀ ਕਰੋਗੇ ਤੁਸੀਂ? ਕੁਛ ਨਹੀਂ, ਤੇ ਜੇ ਸਿਕੰਦਰ ਕੁਝ ਨਹੀਂ ਖੜ ਸਕਿਆ ਤੇ ਤੁਸੀਂ ਕਿਹੜੀਆਂ ਪੰਡਾਂ ਬੰਨ ਕੇ ਲੈ ਜਾਣੀਆਂ? ਬਿਲਕੁਲ, ਸੋ ਇਸ ਕਰਕੇ ਜੇ ਤੁਹਾਨੂੰ ਕੁਦਰਤ ਨੇ ਸੱਤਾ ਦਿੱਤੀ ਆ ਕੁਝ ਲੋਕਾਂ ਦੀ ਭਲਾਈ ਕਰਨ ਲਈ ਤੁਹਾਡੇ ਕੋਲ ਹੈਗਾ ਤੇ ਘੱਟੋ ਘੱਟ ਦਿਨ ਦਾ 1-1.5 ਘੰਟਾ ਲੋਕਾਂ ਦੀ ਬਿਹਤਰੀ ਲਈ ਲਾਓ। ਤੁਸੀਂ ਘੱਟੋ ਘੱਟ ਜੇ ਤੁਸੀਂ ਵਾਕਈ ਗੌਰਮੈਂਟ ਹੋ ਇਹ ਤੇ ਗੌਰ ਕਰਦੇ ਕਿ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਆ ਤੇ ਖਲਕਤ ਦੀ ਆਵਾਜ਼ ਇਹ ਆ ਕਿ ਇਸ ਵੇਲੇ ਉਹ ਹਰ ਚੰਗਾ ਕੰਮ ਜਿਹੜਾ ਆ ਹਰ ਕੋਈ ਜਿਹੜੀ ਸਥਾਨ ਬਣ ਰਿਹਾ ਉਹ ਗੁਰੂ ਬਾਬੇ ਦੇ ਨਾਂ 'ਤੇ ਚਾਹੁੰਦੀ ਹੈ। ਸਰ ਆਪਣੀ ਇਸ ਗੌਰਮੈਂਟ ਕੋਲ ਤਾਂ ਉਦਾਹਰਨ ਬੜੀ ਪੁਖਤਾ ਹੈ ਕਿ ਇਹਨਾਂ ਤੋਂ ਪਹਿਲਿਆਂ ਨੇ ਕੁਝ ਗਲਤ ਫੈਸਲੇ ਲਏ ਲੋਕਾਂ ਨੇ ਔਰ ਗੁਰੂ ਨੇ ਕਿੱਥੇ ਲਿਆ ਕੇ ਖੜੇ? ਬਿਲਕੁਲ, ਕੋਈ ਰਾਹ ਰਸਤਾ ਨਹੀਂ ਨਿਕਲਣ ਡਿਆ, ਜਿਹੜੇ ਰਸਤੇ ਨੂੰ ਫੜਨ ਲੱਗਦੇ ਆ ਉਹ ਰਸਤਾ ਹੀ ਪੁੱਠਾ ਪੈ ਜਾਂਦਾ। ਬਿਲਕੁਲ, ਔਰ ਤੁਸੀਂ ਆਪ ਹੁਣੇ ਨੀਵੇਂ ਲਾ ਕੇ ਬੈਠੇ ਹੋ, ਤੁਸੀਂ ਆਪ ਜਿਹੜਾ ਫੈਸਲਾ ਲਿਆ ਇਹ ਤੁਹਾਡੇ ਮਨ 'ਚ ਵੀ ਕੁਦਰਤ ਨਹੀਂ ਪਾਇਆ ਕਿ ਤੁਸੀਂ 550 ਸਾਲ ਮਨਾਉਣ ਦੇ ਮਾਮਲੇ 'ਚ ਅਕਾਲੀਆਂ ਨੂੰ ਠਿੱਬੀ ਇੱਦਾਂ ਲਾ ਸਕਦੇ ਹੋ। ਬਿਲਕੁਲ, ਔਰ ਕੁਦਰਤ ਨਹੀਂ ਚਾਹੁੰਦੀ ਹੁੰਦੀ ਕਈ ਵਾਰੀ ਕਿ ਲੀਓ ਲੱਥੇ ਬੰਦੇ ਲੀਏ ਚੜ੍ਹਨ। ਸੋ ਇਸ ਕਰਕੇ ਇਸ ਇਸ ਸਰਕਾਰ ਕੋਲ, ਇਸ ਕੈਬਨਿਟ ਕੋਲ ਇਹ ਵੱਡੀ ਉਦਾਹਰਨ ਹੈ ਕਿ ਜਿਨ੍ਹਾਂ ਨੇ ਕੁਛ ਗਲਤ ਕੀਤਾ ਉਹ ਮੁੜ ਕੇ ਲਈ ਇਹ ਨਹੀਂ ਚੜੇ। ਸੋ ਤੁਸੀਂ ਕੁਝ ਇਸ ਤਰ੍ਹਾਂ ਦਾ ਜ਼ਰੂਰ ਕਰੋ ਜਿਹਦੀ ਅਸੀਂ ਆਸ ਉਮੀਦ ਕਰਦੇ ਹਾਂ। ਖਾਸ ਤੌਰ 'ਤੇ ਉਹ ਵੱਡੇ ਬਿਊਰੋਕਰੈਟਸ ਜਿਹੜੀ ਟੀਮ ਹੈ ਕੈਪਟਨ ਸਾਹਿਬ ਨਾਲ ਕੰਮ ਕਰਦੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਦੇ ਭਲੇ ਲਈ ਜ਼ਰੂਰ ਸੋਚਣ। ਇਹ ਧਰਤੀ ਖੁਸ਼ਕ ਹੋ ਰਹੀ ਧਰਤੀ, ਬੰਜਰ ਹੋ ਰਹੀ ਧਰਤੀ, ਮੁੱਕੇ ਪਾਣੀ ਵਾਲੀ ਧਰਤੀ, ਉਹ ਬੱਚਿਆਂ ਤੋਂ ਰਹਿਤ ਹੋ ਗਈ ਧਰਤੀ, ਇਹ ਧਰਤੀ ਨੂੰ ਬਹੁਤ ਲੋੜ ਆ ਆਸਰੇ ਦੀ। ਔਰ ਤੁਹਾਡੇ ਨਾਂ 'ਤੇ ਵੀ ਇਹ ਇਤਿਹਾਸ ਲਿਖੇ ਜਾਣੇ ਆ, ਜੇਕਰ ਉਦੋਂ ਵੀ ਆਉਣਾ ਕਿ ਫਲਾਣੇ ਦੇ ਨਾਲ ਉਹਦੇ ਸਿੱਪਾ ਸਲਾਰ ਕੌਣ ਸੀ। ਸੋ ਬਹੁਤ ਬੇਨਤੀਆਂ ਇਹੀ ਨੇ ਕਿ ਕੁਛ ਇਸ ਪੰਜਾਬ ਲਈ ਵੀ ਸੋਚੋ, ਕੁਝ ਸਮਾਂ ਕੱਢੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।